ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪੰਜਾਬ ਦੇ ਪਾਣੀਆਂ ਵਿੱਚ ਫੈਕਟਰੀਆਂ ਵੱਲੋਂ ਮਿਲਾਏ ਗਏ ਜ਼ਹਿਰ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਭਖ ਗਈ ਹੈ। ਧਾਰਮਿਕ ਜਥੇਬੰਦੀਆਂ ਤੋਂ ਲੈ ਕੇ ਸਿਆਸੀ ਧਿਰਾਂ ਤੱਕ ਇਸ ਦਾ ਪੁਰਜ਼ੋਰ ਵਿਰੋਧ ਕਰ ਰਹੀਆਂ ਨੇ ਅਤੇ ਦੋਸ਼ੀਆਂ ਖਿਲਾਫ਼ ਕੜੀ ਤੋਂ ਕੜੀ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ, ਗੁਰਬਾਣੀ ਦਾ ਇਹ ਫਰਮਾਨ ਸੁਣਾਉਂਦਿਆਂ ਆਖਿਰ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀ ਕਿਹਾ, ਇਸ ਮੁੱਦੇ ਉੱਤੇ ਆਓ ਸੁਣਦੇ ਹਾਂ। ਸੋ ਸਾਫ਼ ਪਾਣੀ ਹੋਣਾ ਬਹੁਤ ਜੀਵਨ ਲਈ ਜ਼ਰੂਰੀ ਹੈ। ਸੋ ਜਿਹੜੇ ਲੋਕ ਇਹਦੇ ਦੋਸ਼ੀ ਨੇ, ਜਿਨ੍ਹਾਂ ਨੇ ਵੀ ਕੋਈ ਐਸੀਆਂ ਘਿਨਾਉਣੀ ਹਰਕਤਾਂ ਕਰਦੇ ਨੇ, ਸਾਡਾ ਪਾਣੀ ਦੂਸ਼ਿਤ ਕਰ ਰਹੇ ਨੇ, ਮੈਂ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਉਹਨਾਂ 'ਤੇ ਕਰੜੀ ਤੋਂ ਕਰੜੀ ਕਾਰਵਾਈ ਕਰਨ ਤਾਂ ਕਿ ਇਸ ਗੱਲ ਨੂੰ ਠੱਲ ਪਾਈ ਜਾ ਸਕੇ। ਇਸ ਤੋਂ ਇਲਾਵਾ ਸੰਤ ਬਲਵੀਰ ਸਿੰਘ ਸਿੱਚੇਵਾਲ ਨੇ ਵੀ ਸ਼ਾਹਕੋਟ ਨਿਵਾਸੀਆਂ ਦੇ ਅੱਗੇ ਅਪੀਲ ਕੀਤੀ ਕਿ ਉਹ ਸਿਰਫ਼ ਉਸੇ ਉਮੀਦਵਾਰ ਨੂੰ ਵੋਟ ਪਾਉਣ ਜੋ ਪਾਣੀ ਦੇ ਮੁੱਦੇ ਉੱਤੇ ਧਿਆਨ ਦੇਵੇ। ਸਾਡੇ ਇਲਾਕੇ ਦਾ ਇੱਕੋ ਹੀ ਮੁੱਦਾ ਹੈ ਸ਼ਾਹਕੋਟ ਦਾ, ਕਾਲਾ ਸਿੰਘ ਐਂਡ ਰੇਨ ਦੇ ਵਿੱਚ ਜਿਹੜਾ ਗੰਦਾ ਪਾਣੀ ਪੈ ਰਿਹਾ, ਫਿਰ ਜਿਹੜੀ ਹੈ ਜਮਸ਼ੇਦ ਡਰੇਨ ਅਤੇ ਇੱਕ ਹੈ ਡਰੇਨ ਫਗਵਾੜਾ, ਉਹਦਾ ਗੰਦਾ ਪਾਣੀ ਬੰਦ ਹੋਵੇ ਅਤੇ 200 ਕਿਊਸਿਕ ਪਾਣੀ ਇਹਦੇ ਵਿੱਚ ਨੈਚੁਰਲ ਛੱਡਿਆ ਜਾਵੇ। ਅਸੀਂ ਕਹਿੰਦੇ ਕਿ ਇਹਦੇ ਗੰਦੇ ਪਾਣੀ ਬੰਦ ਹੋਣ ਅਤੇ ਗੰਦੇ ਪਾਣੀ ਦਾ ਪ੍ਰਬੰਧ ਹੋਵਣ, ਜਿਹੜੀ ਪਾਰਟੀ ਜਿਹੜਾ ਵੀ ਆਪਣਾ ਜਿਹੜਾ ਰੱਖਣ ਲੋਕ, ਸਾਡੀ ਕੋਈ ਸਾਰਿਆਂ ਦੇ ਸਾਹਮਣੇ, ਚਾਹੇ ਉਹ ਕਾਂਗਰਸ ਪਾਰਟੀ ਹੈ ਜਾਂ ਅਕਾਲੀ ਦਲ ਆ, ਲੋਕ ਕਿੱਦਾਂ ਵਿਸ਼ਵਾਸ ਕਰਨਗੇ ਜੋ ਢੰਗ ਦੱਸਣ ਵੀ ਅਜੇ ਤੀਕਰ ਸਾਡੇ ਕੋਲ ਉਹ ਹੈ ਨਹੀਂ ਸੀ, ਹੁਣ ਅਸੀਂ ਕਿੱਦਾਂ ਕਰਾਂਗੇ? ਘੱਟੋ ਘੱਟ ਉਹ ਆਪਣੀ ਨੀਤੀ ਤਾਂ ਦੱਸਣ। ਉਹਦੇ ਵਾਸਤੇ ਅਸੀਂ ਬੇਨਤੀ ਕਰਾਂਗੇ ਕਿ ਉਸੇ ਹੀ ਪਾਰਟੀ ਨੂੰ, ਉਸੇ ਹੀ ਉਮੀਦਵਾਰ ਨੂੰ ਜਿਹੜਾ ਤੁਹਾਨੂੰ ਵਿਸ਼ਵਾਸ ਦਵਾ ਸਕਣ ਵੀ ਹਾਂ ਇੱਦਾਂ ਹੋ ਸਕਦਾ, ਉਹਦਾ ਹੱਲ ਵੀ ਅਸੀਂ ਦੱਸਦੇ ਹਾਂ ਕਿ ਗੰਦੇ ਪਾਣੀ ਜਿਹੜਾ ਗਲਤ ਕਰ ਰਿਹਾ ਉਹਨੂੰ। ਧਾਰਮਿਕ ਜਥੇਬੰਦੀਆਂ ਅਤੇ ਵਾਤਾਵਰਣ ਪ੍ਰੇਮੀ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਸਰਕਾਰਾਂ ਦੀ, ਤਾਂ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਮਾਮਲੇ ਉੱਤੇ ਸੂਬਾ ਸਰਕਾਰ ਨੂੰ ਘੇਰਿਆ ਅਤੇ ਨਵਜੋਤ ਸਿੰਘ ਸਿੱਧੂ ਨੂੰ ਗੱਲਾਂ ਘੱਟ ਕਰਨ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਜਲਦ ਕਰਨ ਦੀ ਸਲਾਹ ਦਿੱਤੀ। ਸੋ ਬਹੁਤ ਅੱਛੀ ਸਟੇਟਮੈਂਟ ਹੈਗੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਵੀ, ਜਿਹੜੇ ਲੋਕ ਮਾੜੇ ਕੰਮ ਕਰਦੇ ਉਹਨਾਂ ਨੂੰ ਪਨਿਸ਼ਮੈਂਟ ਮਿਲੇ, ਸਜ਼ਾ ਮਿਲੇ, ਦੰਡਿਤ ਕੀਤਾ ਜਾ। ਪਤਾ ਹੋਣਾ ਚਾਹੀਦਾ ਕਿ ਸਿੱਧੂ ਸਾਹਿਬ ਤੁਸੀਂ ਸਰਕਾਰ ਦੇ ਵਿੱਚ ਸੀਨੀਅਰ ਵਜ਼ੀਰ ਹੋ, ਪਨਿਸ਼ਮੈਂਟ ਕਰਨਾ, ਕਾਰਵਾਈ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਤੇ ਸਰਕਾਰ ਦੀ ਹੈਗੀ ਹੈ। ਲੋਕਾਂ ਦੇ ਵਿੱਚ ਆਪਣੀ ਸਰਕਾਰ ਦੀ ਕਿਰਕਰੀ ਰੋਕਣ ਵਾਸਤੇ ਸਿਰਫ ਇਹ ਦਿਖਾਵਾ ਕਰ ਰਹੇ ਆ, ਕਾਰਵਾਈ ਕੋਈ ਨਹੀਂ ਹੋਣੀ। ਸਿੱਧੂ ਸਾਹਿਬ ਗੱਲਾਂ ਨਾ, ਤੁਸੀਂ ਕਾਰਵਾਈ ਕਰਕੇ ਫਿਰ ਮੀਡੀਆ ਨੂੰ ਕੁਝ ਕਹੋ ਵੀ ਅਸੀਂ ਇਹ ਕਾਰਵਾਈ ਕਰਤੀ ਹੋਈ। ਗੁਰਪਿਆਰੇ, ਤੁਹਾਨੂੰ ਦੱਸ ਦਈਏ ਕਿ ਇਹ ਸਿਰਫ ਬਿਆਸ ਜਾਂ ਸਤਲੁਜ ਦੀ ਹੀ ਗੱਲ ਨਹੀਂ, ਬਲਕਿ ਰਾਵੀ ਅਤੇ ਭਾਖੜਾ ਦੀ ਵੀ ਅਗਰ ਗੱਲ ਕੀਤੀ ਜਾਵੇ ਜਾਂ ਹੋਰ ਸਹਾਇਕ ਨਦੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਹਨ, ਸਾਰਿਆਂ ਦਾ ਇੰਨਾ ਕੀ ਮਾੜਾ ਹਾਲ ਹੈ ਕਿ ਉਹਨਾਂ ਦਾ ਪਾਣੀ ਤੁਸੀਂ ਨਹੀਂ ਪੀ ਸਕਦੇ, ਜਿਸ ਦੇ ਚੱਲਦਿਆਂ ਖਾਸ ਕਰਕੇ ਨਹਿਰਾਂ ਦੇ ਪਾਣੀ ਦੇ ਸਰੋਤਾਂ ਉੱਤੇ ਨਿਰਭਰ ਜਿੰਨੇ ਵੀ ਪਿੰਡ ਨੇ ਜਾਂ ਜੀਵ ਜੰਤੂ ਨੇ, ਉਹ ਕਿਸੇ ਨਾ ਕਿਸੇ ਬਿਮਾਰੀ ਦੇ ਚਪੇਟ ਦੇ ਵਿੱਚ ਤੁਹਾਨੂੰ ਨਜ਼ਰ ਆ ਹੀ ਜਾਣਗੇ। ਬਿਆਸ ਦੇ ਵਿੱਚੋਂ ਲੱਖਾਂ ਦੀ ਤਾਦਾਦ ਵਿੱਚ ਮਰੀਆਂ ਮੱਛੀਆਂ ਨੇ ਇੱਕ ਵਾਰ ਪ੍ਰਸ਼ਾਸਨ ਦੀ ਅੱਖ ਤਾਂ ਜ਼ਰੂਰ ਖੋਲ੍ਹ ਦਿੱਤੀ ਹੈ, ਪਰ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੀਆਂ ਬਾਕੀ ਨਦੀਆਂ, ਬਾਕੀ ਦਰਿਆਵਾਂ ਵੱਲ ਆਖਿਰ ਪੰਜਾਬ ਸਰਕਾਰ ਦਾ ਧਿਆਨ ਕਦੋਂ ਜਾਂਦਾ ਹੈ ਅਤੇ ਪੀਣ ਦੇ ਪਾਣੀਆਂ ਦੇ ਵਿੱਚ ਘੁਲਦਾ ਜ਼ਹਿਰ, ਮਿੱਠੇ ਪਾਣੀ ਦੇ ਵਿੱਚ ਘੁਲਦਾ ਜ਼ਹਿਰ ਕਿੱਦਾਂ ਰੋਕਿਆ ਜਾਂਦਾ ਹੈ। ਜੇ ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।